ایک کتا حضرت قائد اعظم کے بارے میں، بسم اللہ، حکیم ہوں شاعر مشرق سے انور میں نے جب پوچھا، حکیم ہوں شاعر مشرق سے انور میں نے جب پوچھا کہ اجمالن ہے کیا درد سے حیات قائد اعظم، جواباً حضرت اقبال نے ارشاد فرمایا، یقین محکم عمل پہ ہم محبت فاتح عالم، کیا کہنے کیا کہنے، یقین محکم عمل پہ ہم محبت، ایک کتا سنیے حضرت علامہ اقبال کے بارے میں، عطا ہوئی ہے اسے بے مثال دانائی، عطا ہوئی ہے اسے بے مثال کلام، اس کا بصیرت کا ایک خزانہ ہے، اگرچہ اس کو پیغمبر تو کہہ نہیں سکتے، جو کام اس نے کیا ہے پیغمبرانہ ہے، واہ 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 واہ، کیا کہنے کیا کہنے، سبحان اللہ، ہاں جی، عطا ہوئی ہے اسے بے مثال دانائی، کوئی شک نہیں، کلام اس کا بصیرت کا ایک خزانہ ہے، اگرچہ اس کو پیغمبر تو کہہ نہیں سکتے، جو کام اس نے کیا ہے پیغمبرانہ ہے، دو چار شیر دعائیا، یا رب میرے وطن کو عطا کر وہ رنگ روپ، ہوتا ہے رنگ چوپ جو فصل بہار کا، یا رب میرے وطن کو عطا کر وہ رنگ روپ، ہوتا ہے رنگ روپ جو فصل بہار کا، میرا وطن ہو اتنا ہنسی جس کے سامنے منظر بجھا بجھا ہو سمندر کے پار، میرا وطن ہو اتنا ہنسی جس کے سامنے منظر بجھا بجھا ہو سمندر کے پار، سمندر کے پار کا، میرا وطن ہو ایک بہشت قرار و امن، بس ایک یہ مدعا ہے دل بے قرار کا، آمین، بس ایک یہ مدعا ہے دل بے قرار کا، اس سرزمین پہ ختم رسول کا ہو لطف خاص، سایہ ہو اس پہ رحمت پروردگار کا، کیا کہنے کیا کہنے، سبحان اللہ رحمت پروردگار، آمین، اب پنجابی کی ایک نظم سنیے یوم آزادی کے بارے میں، جی بسم اللہ، ہاں جی، جے قلم بن جان شاخاں سارے رکھاں دی، قلم بن جان شاخاں سارے رکھاں دیاں، روشنائی بن چھلاں سارے دریاواں دیاں، روشنائی بن چھلاں سارے دریاواں دریا، کون تفصیلاں لکھے مولا دے سانا دیاں، آہا، جی، اس پینڈے وچ
ਕਲਮ ਦੇ ਸਾਬੀ ਰੁਕਦੇ ਜਾਪਦੇ, ਇਸ ਪੈਂਡੇ ਵਿੱਚ ਕਲਮ ਦੇ ਸਾਬੀ ਰੁਕਦੇ ਜਾਪਦੇ, ਹਾਂਜੀ ਔਰ ਨੇਮਤਾਂ ਹਾਂ ਇੱਥੇ ਠਾਠਾ ਮਾਰਦੇ ਦਰਿਆ ਵੀ ਸੁੱਕਦੇ, ਮਿਸਰਾ ਸੁਣੀਏ ਨੇਮਤਾਂ ਗਿਣੀਏ ਤੇ ਮੁੜ ਹਿੰਦਸੇ ਵੀ ਮੁੱਕਦੇ, ਨੇਮਤਾਂ ਗਿਣੀਏ ਤੇ ਮੁੜ ਹਿੰਦਸੇ ਵੀ ਜਾਪਦੇ, ਸਾਡੇ ਉੱਤੇ ਨੇਮਤਾਂ ਦੀ ਤਹਾ ਕੀਤੀ ਗਈ, ਹੋ ਗਈ ਮਨਜ਼ੂਰ ਜਿਹੜੀ ਵੀ ਦੁਆ ਕੀਤੀ ਗਈ, ਹਾਂਜੀ ਮਮਲਕਤ ਦੇ ਨਾਲ ਆਜ਼ਾਦੀ ਅਤਾ ਕੀਤੀ ਗਈ, ਬਣੀ ਇਸਰਾਇਲ ਜਦੋਂ ਫਿਰਔਨ ਕੋਲੋਂ ਨਿਜਾਤ ਹਾਸਿਲ ਹੋਈ ਸੀ ਉਹਨਾਂ ਨੂੰ ਤੇ ਸਿਰਫ ਆਜ਼ਾਦੀ ਮਿਲੀ ਸੀ, ਮੁਲਕ ਨਹੀਂ ਸੀ ਲੱਭਾ, ਸਾਨੂੰ ਮੁਲਕ ਵੀ ਮਿਲਿਆ, ਮਮਲਕਤ ਦੇ ਨਾਲ ਆਜ਼ਾਦੀ ਅਤਾ, ਜੀਬ ਸ਼ਰਮਿੰਦੀ ਬਿਆਨ ਇਸ ਫਜ਼ਲ ਦਾ ਹੁੰਦਾ ਨਹੀਂ, ਵਾਹ ਜੀਬ ਸ਼ਰਮਿੰਦੀ ਬਿਆਨ ਇਸ ਫਜ਼ਲ ਦਾ ਹੁੰਦਾ, ਸ਼ੁਕਰ ਆਜ਼ਾਦੀ ਦਾ ਕਰੀਏ ਤੇ ਅਦਾ ਹੁੰਦਾ, ਔਰ ਕੋਈ ਤੋਹਫ਼ਾ ਵੀ ਤੇ ਆਜ਼ਾਦੀ ਜਿਹਾ ਹੁੰਦਾ ਨਹੀਂ, ਬੇਸ਼ੱਕ ਅਰੇ ਅਮਾਨਤ ਇੱਕ ਮੁਬਾਰਕ ਰਾਤ ਵਿੱਚ ਸੌਂਪੀ ਗਈ, ਲੈਲਤੁਲ ਕਦਰ ਮੈਂ 27 ਰਮਜ਼ਾਨ ਮੁਬਾਰਕ, ਹਾਂਜੀ ਇਹ ਅਮਾਨਤ ਇੱਕ ਮੁਬਾਰਕ ਰਾਤ ਵਿੱਚ ਸੌਂਪੀ ਗਈ, ਰਹਿਮਤਾਂ ਦੀ ਇੱਕ ਭਰੀ ਬਰਸਾਤ ਵਿੱਚ ਸੌਂਪੀ ਗਈ, ਵਾਹ ਵਾਹ ਵਾਹ, ਕਦਰ ਵਾਲੀ ਰਾਤ ਦੇ ਲਮਹਾਤ ਵਿੱਚ ਸੌਂਪੀ ਗਈ, ਵਾਹ 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 ਵਾਹ, ਇਸ ਦਾ ਸ਼ੁਕਰਾਨਾ ਜੇ ਸਭੇ ਗਫਲਤਾਂ ਨੂੰ ਛੋੜਨਾ, ਇਸ ਦਾ ਸ਼ੁਕਰਾਨਾ ਜੇ ਸਭੇ ਗਫਲਤਾਂ ਨੂੰ ਛੋੜਦਾ ਛੋੜਨਾ, ਜਿਹੜਾ ਮੁਖੜੇ ਬਖਸ਼ਦਾ ਉਸ ਦੀ ਤਰਫ ਮੁੱਖ ਮੋੜ, ਵਾਹ ਵਾਹ ਵਾਹ, ਜਿਹੜਾ ਮੁਖੜੇ ਬਖਸ਼ਦਾ ਉਸ ਦੀ ਤਰਫ ਮੁੱਖ ਮੋੜਨਾ, ਲਾ ਇਲਾ ਦੇ ਨਾਲ ਧਰਤੀ ਦਾ ਤਾਲੁਕ ਜੋੜ, ਬਹੁਤ ਸ਼ੁਕਰੀਆ, ਵਾਹ ਵਾਹ, ਅਨੂ ਭਾਈ ਜੀ ਕੁਛ ਉਹ ਹਾਜ਼ਰੀਨ ਕੁਛ ਸੁਣਨਾ ਚਾਹ ਰਹੇ ਹੈ, ਕੁਛ ਮਜ਼ਾ ਵੀ ਕੁਛ ਕੁਛ ਥੋੜਾ ਕੋਈ ਇੱਕ ਦੋ ਕਥਾ ਸੁਣਾ ਦਿਓ ਜੀ, ਜਾਂ ਕੋਈ ਨਜ਼ਮ ਸੁਣਾ ਦਿਓ, ਬਣੈਣ ਸੁਣਾ ਦਿਓ, ਜਾਂ ਕੋਈ ਬਣੈਣ, ਅੱਛਾ ਜੀ ਬਣੈਣ ਉਸਮਾ ਬੁਖਾਰੀ ਸਾਹਿਬਾ ਵੀ ਬਣੈਣ ਦੀ ਫਰਮਾਇਸ਼ ਕਰ ਰਹੇ, ਇਹ ਬਣੈਣ ਜਿਹੜਾ ਬਣੈਣ ਇਹ ਕੱਪੜੇ ਦਾ ਟੁਕੜਾ ਨਹੀਂ, ਇਹ ਇੱਕ ਤਹਿਜ਼ੀਬ ਹੈ, ਮਗਰਬੀ ਤਹਿਜ਼ੀਬ ਜਿਹਨੂੰ ਅਸੀਂ ਪਹਿਨਦੇ ਹਾਂ, ਲੇਕਿਨ ਸਾਨੂੰ ਪੂਰੀ ਨਹੀਂ ਆਈ, ਤੋ ਬਹਰਾਲ ਜੀ ਬਣੈਣ ਲੈਣ ਜਾਂਦੇ ਹੋ, ਜਾਣਦੇ ਹੋ, ਸ਼ਾਬਾਸ਼, ਬਣੈਣ ਲੈਣ ਜਾਂਦੇ ਹੋ, ਬਣੈਣ ਲੈ ਕੇ ਆਉਂਦੇ ਹੋ, ਪਾਉਂਦੇ ਹੋ ਤੇ ਪੈਂਦੀ ਨਹੀਂ, ਪੈ ਜਾ ਤੇ ਰਹਿੰਦੀ ਨਹੀਂ, ਪੈ ਲੈ ਜਾ ਤੇ ਦੂਜੀ ਵਾਰੀ ਪਾਉਣ ਜੋਗੀ ਰਹਿੰਦੀ ਨਹੀਂ, ਬਣੈਣ ਮੈਂ ਦਿਆਂਗਾ, ਬਣੈਣ ਮੈਂ ਦਿਆਂਗਾ, ਪਾਓ ਕਿਤੇ ਪੈ ਜਾਏ, ਲਾਓ ਕਿਤੇ ਲੈ ਜਾਏ,
ਲੈ ਜਾਏ ਤੇ ਦੂਜੀ ਵਾਰੀ ਪਾਣ ਜੋਗੀ ਰਹਿ ਜਾਏ। ਬਨੈਨ ਮੈਂ ਦਿਆਂਗਾ ਪਾਉ ਕਿਤੇ ਪੈ ਜਾਏ, ਲਾਉ ਕਿਤੇ ਲੈ ਜਾਏ, ਲੈ ਜਾਏ ਤੇ ਦੂਜੀ ਵਾਰੀ ਪਾਣ ਜੋਗੀ ਰਹਿ ਜਾਏ। ਬਨੈਨ ਮੇਰੀ ਬੱਤੀ ਆ, ਬਨੈਨ ਮੇਰੀ ਟਾਪਦੀ, ਵੱਡਿਆਂ ਨੂੰ ਪੂਰੀ ਆਵੇ ਨਿੱਕਿਆਂ ਦੇ ਨਾਪਦੀ। ਚੀਜ਼ ਹੋਵੇ ਅਸਲੀ ਤੇ ਮੂੰਹ ਕੋਈ ਬੋਲਦੀ, ਧੁੱਪ ਨਾਲੋਂ ਗੋਰੀ ਲੱਗੇ ਰੱਸੀ ਉੱਤੇ ਡੋਲਦੀ। ਹਾਏ ਹਾਏ ਸੁਭਾਨ ਅੱਲਾ, ਇਹਦਾ ਅੰਗਰੇਜ਼ੀ ਜਿਹੜਾ ਇਟ ਸ਼ਾਈਨਸ ਲਾਈਕ ਏ ਬ੍ਰਾਈਟ ਆਨ ਦ ਬਾਸ਼ੀ ਗਲਾਸ, ਧੁੱਪ ਨਾਲੋਂ ਗੋਰੀ ਲੱਗੇ ਰੱਸੀ ਉੱਤੇ ਡੋਲ, ਜਿੰਨੇ ਬਰੇ ਜਾਓ ਤੁਸੀਂ ਇਸ ਨੂੰ ਹੰਡਾ ਲਓ, ਫਿਰ ਭਾਵੇਂ ਬੱਚਿਆਂ ਦਾ ਜਨਮ ਵੀ ਆਪਣਾ। ਬਾਜ ਲੋਗ ਯੇ ਕਹਤੇ ਹੈ ਹਮੇ ਦੋ ਹੀ ਨਿਮਤੇ ਅਦਾਈ, ਏਕ ਹਾਫਜ਼ਾ ਹੈ ਔਰ ਦੂਜੀ ਯਾਦ ਨਹੀਂ ਰਹੀ। ਔਰ ਇਸੇ ਬਾਰੇ ਚ ਇੱਕ ਨਜ਼ਮ ਹੈ, ਗੱਲ ਕਿੱਥੇ ਕੀਤੀ ਸੀ ਹਾਏ ਹਾਏ, ਹੋਰ ਕਿਹੜੀ ਗੱਲ ਸੀ, ਗੱਲ ਕਿੱਥੇ ਕੀਤੀ ਸੀ, ਹੋਰ ਕਿਹਨੇ ਕੀ, ਹੋਰ ਕਦੋਂ ਕੀਤੀ ਸੀ, ਹੋਰ ਕੀ ਤਰੀਕ ਸੀ, ਹੋਰ ਕਿਹੜਾ ਵਾਰ ਸੀ, ਰੱਬ ਜਾਣੇ ਬੁੱਧ ਸੀ ਕਿ ਜਾਂ ਇਤਵਾਰ ਸੀ, ਹੋਰ ਕਿਹੜਾ ਵੇਲਾ ਸੀ, ਫਜਰੀ ਦਾ ਸ਼ਾਮ ਦਾ ਹਨੇਰਾ ਸੀ ਕਿ ਫਜਰੀ ਦਾ ਨੂਰ ਸੀ, ਔਰ ਚੇਤੇ ਫਜਰੀ ਦਾ ਨੂਰ ਸੀ, ਚੇਤੇ ਦੀ ਪੜੋਲੀ ਦੀਆਂ ਗੁੱਠਾਂ ਪਿਆ ਫੋਲਦਾ, ਅਜੇ ਕੋਈ ਉਗ ਸੁਗ ਨਹੀਂ, ਠੰਡ ਸੀ ਕਿ ਨਿੱਕ ਸੀ, ਧੁੱਪ ਸੀ ਕਿ ਛਾਂ ਸੀ, ਸ਼ਹਿਰ ਸੀ ਗਰਾਂ ਸੀ, ਹੋਰ ਕਿਹੜੀ ਰੁੱਤ ਸੀ, ਅੰਬੀਆਂ ਤੇ ਅੰਬ ਸਨ ਜਾਂ ਅਜੇ ਬੂਰ ਸੀ, ਚੇਤੇ ਦੀ ਪੜੋਲੀ ਦੀਆਂ ਗੁੱਠਾਂ ਪਿਆ ਭੋਲਦਾ, ਵੇਲੇ ਦੀਆਂ ਵੇਲੇ ਦੀ ਗੰਢਾ ਪਿਆ ਖੋਲਦਾ, ਵੇਲੇ ਦੀ ਪੜੋਲੀ ਦੀਆਂ ਗੰਢਾ ਪਿਠਾ ਪਿਆ ਖੋਲਣਾ, ਕਾਹਨੂੰ ਕਿੱਥੇ ਕੀਤੀ ਸੀ ਤੇ ਗੱਲ ਕਿਵੇਂ ਕੀਤੀ ਸੀ, ਜਿਹਨੇ ਕਿਹਨੇ ਕੀਤੀ ਸੀ, ਉਹ ਨੇੜੇ ਸੀ ਕਿ ਦੂਰ ਸੀ, ਗੱਲ ਦਾ ਸਵਾਦ ਹੁੰਦਾ ਹੋਰ ਕੀ ਸਵਾਦ, ਫਿੱਕੀ ਸੀ ਕਰਾਰੀ ਸੀ, ਖੱਟੀ ਸੀ ਕਿ ਖਾਰੀ ਸੀ, ਤੁਮੇ ਵਾਂਗੂ ਕੌੜੀ ਸੀ ਕਿ ਯਾ ਮੋਤੀ ਚੂਰ ਸੀ, ਗੱਲ ਕੋਈ ਜ਼ਰੂਰ।